आनी है ਮੌਕੇ ਤੇ ਜਿਹੜੇ ਡੀਸੀ ਬਿੱਟੂ ਨੇ ਆਈਪੀਐਸ ਅਫਸਰ ਦਿੱਤੇ ਨੇ ਇਹਨਾਂ ਮੌਕੇ ਤੇ ਪਹੁੰਚ ਚੁੱਕੇ ਨੇ ਮੈਚ ਮਸਈਆ ਹੋ ਰਿਹਾ ਜਲੰਧਰ ਦੇ ਲੋਕਾਂ ਦਾ ਧੋਖਾ ਹੋ ਗਿਆ ਚਲੋ ਪਰ ਚਾਹੇ ਜਲੰਧਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਭਈਆ ਮੰਡੀ ਚੌਂਕ ਦੇ ਨਾਮ ਤੋਂ ਜਾਣਦੇ ਆ ਉਸ ਜਗ੍ਹਾ ਦੇ ਉੱਪਰ ਜਿੱਥੇ ਜਿਹੜੇ ਹਲਕਾ ਵਿਧਾਇਕ ਨੇ ਉਹਨਾਂ ਦਾ ਬੋਰਡ ਲੱਗਾ ਸੀਗਾ ਜਲੰਧਰ ਦੇ ਐਮਪੀ ਨੇ ਮੌਕੇ ਤੇ ਜਿਹੜੇ ਡੀਸੀ ਬਿੱਟੂ ਨੇ ਆਈਪੀਐਸ ਅਫਸਰ ਦਿੱਤੇ ਨੇ ਇਹਨਾਂ ਨੂੰ ਮੌਕੇ ਤੇ ਪਹੁੰਚ ਚੁੱਕੇ ਨੇ ਮੈਚ ਮਸਈਆ ਹੋ ਰਿਹਾ ਜਲੰਧਰ ਦੇ ਲੋਕਾਂ ਦਾ ਧੋਖਾ ਹੋ ਗਿਆ ਚਲੋ ਪਰ ਚਾਹੇ ਜਲੰਧਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਭਈਆ ਮੰਡੀ ਚੌਂਕ ਦੇ ਨਾਮ ਤੋਂ ਜਾਣਦੇ ਆ ਉਸ ਜਗ੍ਹਾ ਦੇ ਉੱਪਰ ਜਿੱਥੇ ਜਿਹੜੇ ਹਲਕਾ ਵਿਧਾਇਕ ਨੇ ਉਹਨਾਂ ਦਾ ਬੋਰਡ ਲੱਗਾ ਸੀਗਾ ਜਲੰਧਰ ਦੇ ਐਮਪੀ ਨੇ ਵਰਕਰੋਂ ਕੀ ਤਰਫ ਸੇ ਪ੍ਰੋਟੈਸਟ ਕੀਆ ਜਾ ਰਹਾ ਥਾ ਲੇਕਿਨ ਇਸ ਦੌਰਾਨ ਦੇਖਾ ਗਿਆ ਹੈ ਕਿ ਉਹਨਾਂ ਨੇ ਸਰਕਾਰੀ ਸੰਪਤੀ ਕੇ ਵੀ ਜੋ ਤੋੜ ਫੋੜ ਕੀ ਹੈ ਕਿਆ ਕਹਿੰਦੇ ਸਰ ਦੇਖੋ ਇਸ ਮੇ ਬੜਾ ਮੈਂ ਆਪ ਵੀ ਸਭੀ ਲੋਕ ਮੌਜੂਦ ਥੇ ਮੈਂ ਵੀ ਥਾ ਤੋ ਇਸ ਵਿੱਚ ਮੇ ਕੁਛ ਸ਼ਰਾਰਤੀ ਬੰਦੋਂ ਨੇ ਕੀਆ ਤੋ ਵਿਲ ਟੇਕ ਲੀਗਲ ਐਕਸ਼ਨ ਇਸ ਮੇ ਬੜਾ ਸਿੰਪਲ ਹੈ ਜੋ ਵੀ ਅਗਰ ਇਸ ਗਵਰਨਮੈਂਟ ਪ੍ਰੋਪਰਟੀ ਸੇ ਰਿਲੇਟਡ ਹੈ ਤੋ ਵਿਲ ਟੇਕ ਲੀਗਲ ਐਕਸ਼ਨ ਇਸ ਮੇ ਬੜਾ ਸਪੈਸਿਫਿਕ ਹੈ ਕਿ ਹਮ ਕਿਸੇ ਵੀ ਰੂਪ ਸੇ ਹਮ ਲਾਅ ਐਂਡ ਆਰਡਰ ਕੋ ਡਿਸਟਰਬ ਨਹੀਂ ਹੋਣੇ ਦੇਂਗੇ ਆਪਨੇ ਦੇਖਾ ਹੈ ਪੁਲਿਸ ਮੌਕੇ ਪੇ ਮੌਜੂਦ ਥੀ ਔਰ ਜਬ ਇਮੀਡੀਏਟਲੀ ਜਬ ਐਸੀ ਹੋਈ ਹਮਾਰੀ ਤਰਫ ਸੇ ਇੰਟਰਵੀਨ ਕੀਆ ਗਿਆ ਬੀਚ ਮੇ ਮੇਰੇ ਖੁਦ ਕੇ ਦੁਆਰਾ ਇੰਟਰਵੀਨ ਕੀਆ ਗਿਆ ਤੋ ਇਸ ਚੀਜ਼ ਕੋ ਹੈ ਬਾਕੀ ਇਸ ਮੇ ਜੋ ਹਮ ਇੱਕ ਵਾਰ ਚੈੱਕ ਕਰਵਾ ਲੈਤੇ ਹਮ ਵਿਲ ਟੇਕ ਲੀਗਲ ਜਨਾਬ ਸਹੀ ਜਿਹੜੇ ਜੋ ਲਾਗੂ ਹੈ ਇਸ ਦੌਰਾਨ ਕਿਉਂਕਿ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਜਾਂ ਪਰਮਿਸ਼ਨ ਥੀ ਇਨਕੇ ਪਾਸ ਦੇਖੋ ਇਸਕੇ ਬਾਰੇ ਮੇ ਆਮ ਨੋਟ ਐਜ ਆਫ ਨਾਊ ਕਿ ਮੇਰੇ ਕੋ ਇਸ ਪਰ ਕੇ ਬਾਰੇ ਮੇ ਜ਼ਿਆਦਾ ਪਤਾ ਨਹੀਂ ਹੈ ਕਿਉਂਕਿ ਐਜ ਆਫ ਨਾਊ ਕਿਉਂਕਿ ਹਮੇ ਇਮੀਡੀਏਟਲੀ ਸੂਚਨਾ ਮਿਲੀ ਥੀ ਤੋ ਇਹ ਫੈਕਟਸ ਹੈ ਇਹ ਹਮ ਚੈੱਕ ਕਰ ਲੈਂਗੇ ਕਿ ਵੈਦਰ ਤੁਹਾਡੇ ਸਾਹਮਣੇ ਹੀ ਇਹਨਾਂ ਨੇ ਬੋਰਡ ਤੋੜਿਆ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਰੋਕਣ ਦੀ ਨਹੀਂ ਕੋਸ਼ਿਸ਼ ਕੀਤੀ ਕੀ ਕਾਰਵਾਈ ਕੀ ਹੋਵੇਗੀ ਤੁਹਾਡੇ ਵੱਲੋਂ ਕਿਤੇ ਵੱਲ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਨਾਲ ਖੜੇ ਸੀ ਸਾਹਮਣੇ ਖੜੇ ਸੀਗੇ ਤੁਹਾਡੇ ਸਾਹਮਣੇ ਤੋੜ ਰਹੇ ਸੀ ਤੁਸੀਂ ਇਹ ਤਾਂ ਬੜਾ ਸਿੰਪਲ ਹੈ ਕਿ ਜਿਹੜੇ ਬੰਦੇ ਤੇ ਦੁਬਾਰਾ ਜਦ ਬੋਰਡ ਤੋੜੇ ਗਏ ਉਸ ਟਾਈਮ ਤੇ ਮੈਂ ਇੰਟਰਵੀਨ ਕੀਤਾ ਹੈਗਾ ਮੈਂ ਖੁਦ ਆ ਕੇ ਇੰਟਰਵੀਨ ਕਰਕੇ ਉਹਨਾਂ ਨੂੰ ਰੁਕਾਇਆ ਉਹਨਾਂ ਨੂੰ ਸਾਈਡ ਕਰਾਇਆ ਹੈਗਾ ਇਹਦੇ ਚ ਬੜਾ ਸਿੰਪਲ ਹੈ ਵਿਲ ਟੇਕ ਲੀਗਲ ਐਕਸ਼ਨ ਕਾਰਵਾਈ ਕੀ ਕਰਨੀ ਮਾਹੌਲ ਲੀਗਲ ਐਕਸ਼ਨ ਲੈਵਾਂਗੇ ਮਾਹੌਲ ਜੋ ਤਣਾਅਪੂਰਨ ਹੋ ਰਿਹਾ ਤਾਂ ਨਹੀਂ ਦੇਖੋ ਜੀ ਐਜ ਆਫ ਨਾਊ ਤੁਸੀਂ ਵੀ ਦੇਖ ਲਿਓ ਕਿ ਜਦੋਂ ਪੋਸਟ ਟਾਈਮ ਹੈ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜਾ ਭੀੜ ਹੈ ਉਹ ਡਿਸਪਰਸ ਹੋ ਗਈ ਹੈਗੀ ਅਸੀਂ ਇਸ ਚੀਜ਼ ਨੂੰ ਬੜੀ ਸੀਰੀਅਸਲੀ ਨਾਲ ਅਸੀਂ ਲੈ ਰਹੇ ਹਾਂ ਔਰ ਅਸੀਂ ਇਹਨੂੰ ਬੜਾ ਸੀਰੀਅਸ ਨਹੀਂ ਲਾ ਗੰਭੀਰਤਾ ਨਾਲ ਲੈ ਕੇ ਜਿਹੜੇ ਵੀ ਸਾਡੇ ਇੱਥੇ ਜਿਹੜੀ ਹੈਗੀ ਸਟੈਟਿਕ ਸਰਵੀਲੈਂਸ ਟੀਮ ਹੈ ਉਹਦੇ ਅਸੀਂ ਵੀਡੀਓ ਕੈਮਰਾਜ਼ ਵੀ ਹੈਗੇ ਉਹਨੂੰ ਅਸੀਂ ਚੈੱਕ ਕਰਾ ਕੇ ਜਿਹੜੇ ਵੀ ਬੰਦੇ 'ਤੇ ਕਾਰਵਾਈ ਹੋਏਗੀ ਅਸੀਂ ਉਹਦੇ 'ਚ ਕਾਰਵਾਈ ਹੋਊਗੀ ਬਿਲਕੁਲ 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 ਜੀ ਬਿਲਕੁਲ ਬਿਲਕੁਲ ਐਕਸ਼ਨ